ਕਹਿੰਦੇ ਨੇ ਲੁਧਿਆਣਾ ਵਾਲੇ ਲੋਕ ਲਗਜ਼ਰੀ ਗੱਡੀਆਂ ਦੇ ਬੜੇ ਸ਼ੌਕੀਨ ਨੇ ਜਦੋਂ ਵੀ ਕੋਈ ਲਗਜ਼ਰੀ ਗੱਡੀ ਆਂਦੀ ਹੈ ਤਾਂ ਸਭ ਤੋਂ ਪਹਿਲਾਂ ਲੁਧਿਆਣਾ ਪਹੁੰਚਦੀ ਹੈ ਪਰ ਜੋ ਅਸੀਂ ਤੁਹਾਨੂੰ ਕਾਰ ਵਿਖਾਉਣ ਜਾ ਰਹੇ ਆ ਉਹ ਵੀ ਕਿਸੇ ਲਗਜ਼ਰੀ ਕਾਰ ਤੋਂ ਘੱਟ ਨਹੀਂ ਹੈਗੀ ਲੁਧਿਆਣਾ ਦੇ ਦੋ ਨੌਜਵਾਨਾਂ ਵੱਲੋਂ ਵਿਸ਼ੇਸ਼ ਤੌਰ ਤੇ ਗੱਡੀ ਜਿਹੜੀ ਆ ਤਿਆਰ ਕਰਵਾਈ ਗਈ ਹੈ ਜੋ ਕਿ ਬੈਟਰੀਆਂ ਨਾਲ ਚੱਲਦੀ ਹੈ ਸਭ ਤੋਂ ਪਹਿਲਾਂ ਤੁਹਾਨੂੰ ਇੱਕ ਵਾਰੀ ਤਸਵੀਰ ਵਖਾ ਦਿੰਦੇ ਆ ਵੇਖਣ ਨੂੰ ਕੋਈ ਇਹ ਵਿੰਟੇਜ ਕਾਰ ਲੱਗਦੀ ਹੈ ਪਰ ਅਸਲ 'ਚ ਇਹ ਕਾਰ ਜਿਹੜੀ ਆ ਬਿਲਕੁਲ ਨਵੀਂ ਨਕੋਰ ਤਿਆਰ ਕੀਤੀ ਗਈ ਹੈ ਇਹ ਵਿਸ਼ੇਸ਼ ਤੌਰ ਤੇ ਜਿਹੜੀ ਆ ਹਿਸਾਰ গোল্ডেন মোটরস ਕਰਕੇ ਜਿਹੜਾ ਨਾਮ ਹੈਗਾ ਉਹਨਾਂ ਵੱਲੋਂ ਅਤੇ ਜਿਹੜੇ ਲੁਧਿਆਣਾ ਦੇ ਅਬੇ ਨੌਜਵਾਨ ਨੇ ਆਪ ਵੀ ਇੰਜੀਨੀਅਰਿੰਗ ਦਾ ਬੜਾ ਸ਼ੌਂਕ ਰੱਖਦੇ ਨੇ ਉਹਨਾਂ ਵੱਲੋਂ ਇਹ ਗੱਡੀ ਜਿਹੜੀ ਹੈ ਉਹ ਮਿਲ ਜੁਲ ਕੇ ਤਿਆਰ ਕੀਤੀ ਗਈ ਹੈ ਗੱਲਬਾਤ ਕਰ ਲੈਂਦੇ ਆ ਆ ਭਾਜੀ ਗੱਡੀ ਬਾਰੇ ਦੱਸੋ ਇਹ ਗੱਡੀ ਕਿੱਦਾਂ ਤਿਆਰ ਕੀਤੀ ਕੀ ਦਿਮਾਗ ਚ ਆਇਆ ਸੀ ਪੈਟਰੋਲ ਡੀਜ਼ਲ ਦੀ ਕੀਮਤਾਂ ਵਧ ਰਹੀਆਂ ਕਿਤੇ ਉਹਦੇ ਕਰਕੇ ਗੁੱਸੇ ਚ ਆਕੇ ਤਾਂ ਨਹੀਂ ਇਹ ਕਰਾ ਲਈ ਆਰਡਰ ਜੀ ਤੁਹਾਡੀ ਗੱਲ ਸਾਰੀ ਸਹੀ ਹੈ ਇਹ ਪੈਟਰੋਲ ਡੀਜ਼ਲ ਦੀਆਂ ਕੀਮਤਾਂ ਵਧਣ ਕਰਕੇ ਹੀ ਪ੍ਰਦੂਸ਼ਣ ਕਰਕੇ ਵੀ ਆਪਾਂ ਸੋਚਿਆ ਵੀ ਆਪਾਂ ਇਹੋ ਜਿਹਾ ਇੱਕ ਯੁੱਗਤ ਤਿਆਰ ਕਰੀਏ ਵੀ ਜਿਹੜਾ ਲੋਕਾਂ ਨੂੰ ਤੰਗ ਨਾ ਕੀਤਾ ਜਾਵੇ ਆਪਾਂ ਨੂੰ ਫਾਇਦਾ ਹੋ ਜੇ ਇਸ ਕਰਕੇ ਆਪਾਂ ਆਪਣੇ ਸ਼ੌਂਕ ਨੂੰ ਇਹ ਚੀਜ਼ ਮੰਗਵਾਈ ਆ ਇਹਦੇ ਕਰਕੇ ਆਪਾਂ ਜੋ ਵੀ ਦੁਨੀਆਦਾਰੀ ਆ ਉਹਦੇ ਨਾਲ ਸੱਚ ਤੇ ਲੜ ਸਕੀਏ ਇਹ ਕੀ ਗੱਡੀ 'ਚ ਕੀ ਖਾਸੀਅਤ ਹੈਗੀ ਹੈ ਕਿੰਨੇ ਕਿਲੋਮੀਟਰ ਇਹਦੀ ਰੇਂਜ ਹੈ ਕਿੰਨਾ ਟਾਈਮ ਲੱਗਦਾ ਹੈ ਚਾਰਜ ਹੋਣ ਨੂੰ ਤੇ ਕਿੰਨੀ ਕੁ ਸਪੀਡ 'ਚ ਦੌੜਦੀ ਆ ਇਹ ਇਹ ਭਾਜੀ ਕਟੋਕਲ 2 3 ਘੰਟੇ 'ਚ ਚਾਰਜ ਹੋ ਜਾਂਦੀ ਆ ਇਹ 100 ਕਿਲੋਮੀਟਰ ਤੱਕ ਗੱਡੀ ਚੱਲਦੀ ਆ ਇਹਦੀ 50 ਦੀ ਸਪੀਡ ਹੈਗੀ ਆ ਤੇ ਨਾਰਮਲ ਆਪਾਂ ਬਾਜ਼ਾਰ ਚ ਜਾਣਾ ਘੁੰਮਣ ਫਿਰਨ ਵਾਸਤੇ ਜਾਣਾ ਆਪਣੀ ਜਵਾਈ ਲਈ ਜਾਣਾ ਤੇ ਆਪਣੇ ਲਈ ਬਹੁਤ ਫਾਇਦੇ ਦੀ ਲਾਭ ਦੇ ਕੇ ਨਾ ਇਹਦਾ ਪ੍ਰਦੂਸ਼ਣ ਨਾ ਕੋਈ ਲੈਣਾ ਨਾ ਕੋਈ ਦੇਣਾ ਜਾਨੀ ਕਿ ਆਪਣੇ ਮਨ ਦਾ ਸ਼ੌਕ ਪੂਰਾ ਕਰਨ ਲਈ ਇਹ ਆਪਾਂ ਲਿਆਂਦੀ ਆਗੇ ਜਿਹੜਾ ਡਿਜ਼ਾਈਨ ਤਿਆਰ ਕਰਾਇਆ ਗਿਆ ਹੈ ਬੜਾ ਵਿਨਟੇਜ ਜਿਹਾ ਡਿਜ਼ਾਈਨ ਤਿਆਰ ਕੀਤਾ ਗਿਆ ਹੈ ਬੜੇ 50 60 ਸਾਲ ਪਹਿਲੇ ਇਦਾਂ ਦੀਆਂ ਗੱਡੀਆਂ ਚੱਲਦੀ ਹੁੰਦੀ ਸੀ ਰਾਜੇ ਮਹਾਰਾਜੇ ਸਫ਼ਰ ਕਰਦੇ ਸੀ ਲੱਗਦਾ ਹੈ ਫੀਲਿੰਗ ਆ ਰਹੀ ਹੋਵੇ ਦੀ ਮੈਂ ਖਿਆ ਜੀ ਫੀਲਿੰਗ ਜਦੋਂ ਆਪਾਂ ਰੋਡ ਤੇ ਚੜਦੇ ਆ ਲੋਕੀ ਪੁੱਛਦੇ ਆ ਪੁੱਛਦੇ ਆ ਬਾਈ ਨਜ਼ਾਰਾ ਆ ਗਿਆ ਮਨ ਖੁਸ਼ ਹੋ ਜਾਂਦਾ ਜਿੱਥੇ 10 ਕਿਲੋ ਵਜਨੋਂ ਤੋਂ 11 ਕਿਲੋ ਵਜਨ ਵੱਜ ਜਾਂਦਾਗਾ ਵੀ ਇਹ ਸੋਚਣ ਦੇ ਵਿੱਚ ਮਨ ਬਹੁਤ ਸ਼ਾਂਤ ਹੁੰਦਾ ਵੀ ਪੈਸੇ ਤਾਂ ਮੀਰਾ ਕੋਲੇ ਬਹੁਤ ਨੇ ਸ਼ੌਂਕ ਦਾ ਵੀ ਇੱਕ ਮੁੱਲ ਚਾਹੀਦਾ ਇਸ ਕਰਕੇ ਜੋ ਪ੍ਰਮਾਤਮਾ ਕਰਦਾ ਚੰਗਾ ਹੀ ਕਰਦਾਗਾ ਸ਼ੌਕ ਦੇ ਮੁੱਲ ਦੀ ਗੱਲ ਕੀਤੀ ਹੈ ਕਿੰਨਾ ਕੁ ਮੁੱਲ ਹੈ ਇਸ ਗੱਡੀ ਦਾ ਮੁੱਲ ਤਾਂ ਹੀ 2 ਲੱਖ ਤੋਂ ਲੈ ਕੇ ਪੌਣੇ 3 ਲੱਖ ਦਾ ਮੁੱਲ ਹੈਗਾ ਬਣਾਉਣ ਵਾਲੇ ਨੇ ਗੱਡੀਆਂ ਬਣਾਈ ਆ ਕੀ ਬਹੁਤ ਵਧੀਆ ਤਿਆਰ ਕੀਤੀ ਆ ਆਪਣੀ ਵਸਤੀ ਜੋਧੇਵਾਲ ਚੌਂਚ 골ਡਨ ਮੋਟਰ ਗਰਜਾ ਇਹਦੇ ਸ਼ੁਕਰ ਸ਼ੁਕਰ 1921 ਆਪਾਂ ਚੇਂਜ ਕਰਕੇ ਆਪਣੀ ਚੀਜ਼ ਲਈ ਆਪਾਂ ਇਹ ਮੌਨਟੀਫਾਈ ਤਿਆਰ ਕੀਤੀ ਆ ਜਿਹੜਾ ਵੀ ਆਪਣੇ ਮਨ ਨੂੰ ਸ਼ਾਂਤੀ ਆ ਇੱਕ ਹੋਰ ਨੌਜਵਾਨ ਹੈਗਾ ਆ ਵੀ ਉਹਦੇ ਨਾਲ ਵੀ ਗੱਲਬਾਤ ਕਰ ਲੈਂਦੇ ਆ ਕਿ ਆਖਰਕਾਰ ਕਿਵੇਂ ਦਿਮਾਗ ਚ ਆਇਆ ਤੁਹਾਨੂੰ ਤਸਵੀਰਾਂ ਜਿਹੜੀਆਂ ਲਗਾਤਾਰ ਵਿਖਾ ਰਹੇ ਆ ਗੱਡੀ ਦੀਆਂ ਬੜੀ ਹੀ ਜਿਹੜੀ ਵਿੰਟੇਜ ਲੁੱਕ ਇੱਕ ਗੱਡੀ ਨੂੰ ਜਿਹੜੀ ਦਿੱਤੀ ਗਈ ਹੈ ਉਹਨਾਂ ਨਾਲ ਵੀ ਅਭੇ ਨਾਲ ਵੀ ਗੱਲਬਾਤ ਕਰ ਲੈਂਦੇ ਆ ਅਭੇ ਜੀ ਗੱਡੀ ਜਿਹੜੀ ਤੁਸੀਂ ਤਿਆਰ ਕਰਵਾਈ ਬਾਹਰੋਂ ਆਰਡਰ ਤੇ ਤੁਸੀਂ ਕਿਹਾ ਵੀ ਸਾਨੂੰ ਇਹ ਕੋਈ ਚਾਹੀਦਾ ਉਸ ਤੋਂ ਬਾਅਦ ਆ ਕੇ ਕਿਹੜੀ ਕਿਹੜੀ ਚੀਜ਼ਾਂ ਜਿਹੜੀਆਂ ਇਹ ਚ ਮੋਡੀਫਾਈ ਕੀਤੀ ਗਈਆਂ ਕਿਵੇਂ ਲੁਧਿਆਣਾ ਦੇ ਵਿੱਚ ਕਿੱਦਾਂ ਦੀ ਦਿਖ ਦਿੱਤੀਗੀ ਗੱਡੀ ਨੂੰ ਸਰ ਲੁਧਿਆਣਾ ਪਹਿਲੀ ਗੱਲ ਤਾਂ ਪੰਜਾਬ ਚ ਇੱਕੋ ਗੱਡੀ ਆ ਲੁਧਿਆਣਾ ਜਿਸ ਟਾਈਮ ਅਸੀਂ ਉਹਨਾਂ ਨੂੰ ਆਰ ਬ੍ਰਦਰ ਅਰਮੇਲ ਸਿੰਘ ਤੇ ਉਹਨਾਂ ਨਾਲ ਗੱਲਬਾਤ ਕਰਕੇ ਤਿਆਰ ਕਰਵਾਈ ਸੀ ਕੁਛ ਇਹਦੀ ਬੈਟਰੀਆਂ ਦੀ ਗੱਲ ਹੋਈ ਸੀ ਵੀ ਜਿੱਦਾਂ ਪਿਕਅਪ ਵਗੈਰਾ ਘੱਟ ਜਾਂਦੀ ਆ ਤੇ ਹੁਣ ਅੱਗੇ ਜਿੱਦਾਂ ਆਰਡਰ ਦਵਾਂਗੇ ਉਹਨਾਂ ਨੂੰ ਜੇ ਕਿਸੇ ਨੇ ਲੈਣੀ ਹੋਵੇ ਇਹ ਤਾਂ ਆਪਣੇ ਸ਼ੌਂਕ ਵਾਸਤੇ ਰੱਖੀ ਹੋਈ ਆ ਤੱਗੇ ਉਹਨਾਂ ਨਾਲ ਗੱਲ ਵੀ ਕੀਤੀ ਉਹ ਕਹਿੰਦੇ ਅਗਰ ਤੁਹਾਨੂੰ ਕੋਈ ਆਂਦਾ ਵਾ ਆਰਡਰ ਆਂਦਾ ਵਾ ਤਾਂ ਤੁਸੀਂ ਲੈ ਕੇ ਅੱਗੇ ਸਾਡੇ ਤੋਂ ਲੈ ਕੇ ਦੇ ਸਕਦੇ ਹੋ ਅੱਛਾ ਲੋਕਾਂ ਦੇ ਮਨ ਦੇ ਵਿੱਚ ਡਾਊਟ ਰਹਿੰਦੇ ਕਿ ਜੇ ਇਹੋ ਜੀ ਗੱਡੀ ਹੋਊਗੀ ਤਾਂ ਉਸ ਨੂੰ ਚਲਾਉਣ ਲਈ ਕੀ ਕੁਝ ਪਰਮਿਸ਼ਨ ਲੈਣੀ ਪਊਗੀ ਜਾਂ ਕਿੱਦਾਂ ਦੀ ਆਰਸੀ ਚਾਹੀਦੀ ਹੋਊਗੀ ਜਾਂ ਕਿੱਦਾਂ ਦਾ ਲਾਇਸੈਂਸ ਜਲੀ ਚੱਲੇਗਾ ਹੈਲਮਟ ਦੀ ਲੋੜ ਹੋएगी ਨਹੀਂ ਹੋएगी ਉਹਦੇ ਬਾਰੇ ਥੋੜਾ ਜਿਹਾ ਦੱਸੋ ਤੁਹਾਡੀ ਟ੍ਰੈਫਿਕ ਨੂੰ ਲੈ ਕੇ ਗੱਲਬਾਤ ਹੋਈ ਕਿੱਦਾਂ ਦੀ ਉਹਨਾਂ ਨਾਲ ਕਿ ਕੀ ਕੀ ਲੋੜ ਹੈਗੀ ਇਹਦੇ ਲਈ ਸਰ ਹਜੇ ਤੱਕ ਤਾਂ ਇਹ ਵੀ ਜਿੱਦਾਂ ਕਿ ਲਾਲੋ ਕੀ ਰਿਕਸ਼ਾ ਬੈਟਰੀਆਂ ਤੇ ਨਾ ਉਹਨਾਂ ਨੂੰ ਆਰਸੀ ਦੀ ਲੋੜ ਆ ਨਾ ਪਰਮਨੈਂਟ ਦੀ ਲੋੜ ਆ ਉਹ ਨੂੰ ਜਾਣਾ ਜਾਂ ਕੁਝ ਸ਼ੌਂਕੀਏ ਦੌਰ ਤੇ ਆਪਣੇ ਘਰ ਦੇ ਅੰਦਰ ਰੱਖਣੀ ਜਿੱਦਾਂ ਕਿ ਇਹਨਾਂ ਨੂੰ ਹੁੰਦਾ ਵਾ ਇਹ ਉਸੇ ਵਾਸਤੇ ਇਹਨੂੰ ਕਿਸੇ ਅਧਿਕਾਰਸੀ ਵਗੈਰਾ ਦੀ ਕੋਈ ਚੀਜ਼ ਦੀ ਲੋੜ ਨਹੀਂ ਹੈਗੀ ਟੋਟ ਲੁਧਿਆਣਾ ਦੇ ਰੋਡ ਉਸ ਹਿਸਾਬ ਨਾਲ ਆ ਕੋਈ ਰੋਡ ਟੁੱਟੇ ਜ਼ਿਆਦਾ ਵਾ ਇਸ ਕਰਕੇ ਉਸ ਸਾਹਮਣੇ ਆਪਣੀ ਥੋੜੀ ਬੋਦੀ ਚੇਂਜਿੰਗ ਕੀਤੀ ਹੈ ਬਾਕੀ ਇਹਦੇ ਵਿੱਚ ਕੋਈ ਮੇਜਰ ਚੇਂਜਿੰਗ ਨਹੀਂ ਹੈਗੀ ਬ੍ਰਦਰ ਆ ਕੰਮ ਕੈਨਿਕਲ ਥੋੜਾ ਥੋੜੀ ਚੇਂਜਿੰਗ ਖਰਚਾ ਕਿੰਨਾ ਲੱਗਦਾ ਇੱਕ ਵਾਰੀ ਜੇ ਜੇ ਕਿੰਨੇ ਕਿਲੋਮੀਟਰ ਚੱਲਦੀ ਇੱਕ ਵਾਰੀ ਚਾਰਜ ਕਰਦੀ 2.5 3 ਘੰਟੇ ਚਾਰਜ ਕਰਕੇ 100 ਕਿਲੋਮੀਟਰ ਹਾਈਵੇ ਤੇ ਚੱਲਦੀ ਹੈ ਅਗਰ 30 ਰੁਪਏ 30 ਰੁਪਏ ਚ 100 ਕਿਲੋਮੀਟਰ ਚੱਲ ਜਾਂਦੀ ਹੈ 30 ਕਿਲੋ 30 ਰੁਪਏ ਦਾ ਚਾਰਜ ਹੁੰਦੀ ਹੈ 100 ਕਿਲੋਮੀਟਰ ਆਮ ਨਿਕਲਦੀ ਹੈ ਅਸੋ ਜਿੱਥੇ ਪੈਟਰੋਲ ਡੀਜ਼ਲ ਦੀਆਂ ਕੀਮਤਾਂ ਸਮਾਨੀ ਛੂਰੀਆਂ ਨੇ ਲਗਭਗ 90 ਰੁਪਏ ਤੋਂ ਪਾਰ ਜਿਹੜਾ ਪੈਟਰੋਲ ਇਸ ਟਾਈਮ ਚੱਲ ਰਿਹਾ ਹੈ ਡੀਜ਼ਲ 80 ਰੁਪਏ ਤੋਂ ਵੱਧ ਹੈ ਅਜਿਹੇ ਚ ਇੱਕ ਵਿਕਲਪ ਜਿਹੜਾ ਵੱਡੀ ਵੱਡੀ ਕੰਪਨੀਆਂ ਵੱਲੋਂ ਲੱਭਿਆ ਜਾ ਰਿਹਾ ਹੈ ਉੱਥੇ ਹੀ ਜੁਗਾਰ ਦੇ ਨਾਲ ਵੀ ਜਿਹੜੇ ਆ ਉਹ ਗੱਡੀਆਂ ਇਹ ਜਿਹੀਆਂ ਬਣਾਈਆਂ ਜਾ ਰਹੀਆਂ ਨੇ ਵਰਿੰਦਰ ਸਿੰਘ ਥੇਂ ਦੀ ਟੀਵੀ ਭਾਰਤ ਲੁਧਿਆਣਾ